ਕਬਾੜ ਦਾ ਕੰਮ ਕਰਦਾ ਘਰ ਘਰ ਕਰਕੇ ਲੈਣਾ ਖਰੀਦ ਕੇ ਹੀ ਗਾਂ ਇਕੱਠਾ ਕਰਕੇ ਵੇਚਦਾ ਜੀ ਜੋ 250 ਬਣਦਾ ਜੀ ਵੀ ਦੇਖ ਲੈ ਘਰ ਚ ਕਿੰਨੇ ਮੈਂਬਰ ਨੇ ਹੀ ਘਰ ਚ ਵੀ ਕਿੱਥੇ ਉਹਦੇ ਨਾਲ ਵੀ ਨਹੀਂ ਗੁਜ਼ਾਰਾ ਹੁੰਦਾ ਜੀ ਘਰ ਚ ਕਿਸੇ ਟਾਂ ਨਹੀਂ ਰੋਟੀ ਪੱਕਦੀ ਘਰ ਚ ਫੇਰ ਵੀ ਭੁੱਖੇ ਸੌ ਜਾਣੀ ਰਾਗ ਨੂੰ ਹੋਵੇ ਮੈਂ ਤਾਂ ਕੋਈ ਚੰਗੀ ਚੰਗਾ ਕੁਝ ਲਾਵਾਂ ਚੰਗਾ ਖਾਵਾਂ ਸਪਲੀਮੈਂਟ ਖਾਵਾਂ ਸਪਲੀਮੈਂਟ ਖਾਣ ਲਈ ਜੋਗੇ ਵੀ ਨਹੀਂ ਕੁਝ ਹੈਗਾ ਮੇਰੇ ਕੋਲੇ ਕੁਝ ਵੀ ਨਹੀਂ ਹੈਗਾ ਜੀ ਬਸ ਦੋ ਰੋਟੀਆਂ ਤਿੰਨ ਰੋਟੀਆਂ ਖਾ ਲੈਣੀਆਂ ਦੁੱਧ ਪਾਈਆ ਮਿਲ ਜਾਂਦਾ ਅਾ ਚੋਲੇ ਚਾਲੇ ਖਾ ਲੈਣੇ ਬਸ ਐਸੀ ਨਾਲੀ ਟੈਂਪਾਸ ਕਰ ਲੈਣੀ ਕੋਈ ਕੋਈ ਨਹੀਂ ਆਇਆ ਮੇਰੇ ਕੋਲ ਕੋਈ ਵੀ ਨਹੀਂ ਆਇਆ ਪ੍ਰਸ਼ਾਸਨ ਕੋਈ ਵੀ ਕੋਈ ਮੇਰਾ ਵੀਰ ਨਹੀਂ ਆਇਆ ਗੂ ਵੀ ਮੇਰੇ ਭਰਾ ਨੇ ਕਿਸੇ ਨੇ ਨਹੀਂ ਮੇਰੀ ਮਦਦ ਕੀਤੀ ਨਯਾਵ ਨੂੰ ਦੇਖ ਕੇ ਮੇਰਾ ਬਹੁਤ ਹੌਸਲਾ ਵਧਦਾ ਹੈ ਮੇਰਾ ਪੰਜਾਬ ਨਸ਼ੇ 'ਚ ਡੁੱਬਿਆ ਫਿਰਦਾ ਮੈਂ ਨਸ਼ਾ 'ਚ ਟੁੱਪਣਾ ਨਹੀਂ ਚਾਹੁੰਦਾ ਮੇਰੇ ਪੰਜਾਬ ਨੂੰ ਸਤਿ ਸ਼੍ਰੀ ਅਕਾਲ ਐਨ ਆਰ ਆਈ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਵੀਰਪਾਲ ਸ਼ੇਰਕਿਲ ਜੇ ਕਿਸੇ ਨੇ ਕੁਝ ਕਰਕੇ ਦਿਖਾਉਣਾ ਹੋਵੇ ਉਹ ਮੌਕਾ ਨੇ ਭਾਲਦਾ ਜਾਂ ਫਿਰ ਇਹ ਬਹਾਨੇ ਨਹੀਂ ਲਾਉਂਦਾ ਕਿ ਮੇਰੇ ਕੋਲ ਇਹ ਚੀਜ਼ ਨਹੀਂ ਹੈ ਮੇਰੇ ਕੋਲ ਇਹ ਚੀਜ਼ ਨਹੀਂ ਹੈਂਗੀ ਉਹ ਕਿਸੇ ਵੀ ਹਾਲਾਤਾਂ ਦੇ ਵਿੱਚ ਰਹਿ ਕੇ ਆਪਣੀ ਜਿਹੜਾ ਜਨੂਨ ਹੁੰਦਾਗਾ ਉਹਨੂੰ ਜਾਂ ਫਿਰ ਆਪਣਾ ਜਿਹੜਾ ਸ਼ੌਂਕ ਹੁੰਦਾਗਾ ਉਹ ਪੂਰਾ ਕਰ ਹੀ ਲੈਂਦਾਗਾ ਅਜਿਹੀ ਹੀ ਇੱਕ ਨੌਜਵਾਨ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਦੇ ਘਰ ਦੇ ਹਾਲਾਤ ਜੋ ਨੇ ਕਿ ਬੇहद ਮਾੜੇ ਜੇਕਰ ਮੈਂ ਕਹਿ ਲਾਂ ਕਿ ਘਰ ਦੇ ਹਾਲਾਤ ਨੇ ਬਹੁਤ ਨਾਜ਼ੁਕ ਨੇਗੇ ਪਰ ਫਿਰ ਵੀ ਨੌਜਵਾਨ ਥੱਕਿਆ ਨਹੀਂ ਹੈਗਾ ਹਾਰਿਆ ਨਹੀਂ ਹੈਗਾ ਤੇ ਉਹਨੇ ਆਪਣੇ ਸ਼ੌਂਕ ਕੋਈ ਵੀ ਅਧੂਰਾ ਨਹੀਂ ਛੱਡਿਆ ਜੋ ਆਪਣੇ ਦਿਲ ਦੇ ਵਿੱਚ ਚਾਹ ਸੀਗਾ ਉਹ ਪੂਰਾ ਕਰਨ ਦੇ ਲਈ ਦਿਲ ਦੇ ਵਿੱਚ ਜਨੂਨ ਇੰਨਾ ਸੀ ਕਿ ਅਜਿਹੇ ਹਾਲਾਤਾਂ ਦੇ ਵਿੱਚ ਰਹਿ ਕੇ ਵੀ ਆਪਣਾ ਜਨੂਨ ਪੂਰਾ ਕਰਨ ਦੀ ਜਿੱਦ ਫੜੀ ਹੋਈ ਸੀ ਅਤੇ ਪੂਰਾ ਆਪਣਾ ਜਨੂਨ ਹੈ ਉਹ ਜਿਹੜਾ ਦਿਨ ਰਾਤ ਮਿਹਨਤ ਕਰਕੇ ਉਹ ਆਪਣਾ ਜਨੂਨ ਹੈ ਜਿਹੜਾ ਉਹ ਪੂਰਾ ਕਰ ਰਿਹਾ ਹੈਗਾ ਸਾਡੇ ਨਾਲ ਨੌਜਵਾਨ ਮੌਜੂਦ ਹੈ ਜੋ ਕਿ ਇਸ ਹਾਲਾਤਾਂ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਬਾਡੀ ਬਿਲਡਿੰਗ ਦਾ ਜਿਹੜਾ ਸ਼ੌਂਕ ਹੈਗਾ ਉਹ ਪੂਰਾ ਕਰਦਾ ਹੈਗਾ ਤੇ ਜਿਹੜੇ ਹਾਲਾਤਾਂ ਦੇ ਵਿੱਚ ਇਹ ਐਕਸਰਸਾਈਜ਼ਸ ਕਰਦਾ ਹੈਗਾ ਉਹ ਵੀ ਦੇਖਣ ਵਾਲੀਆਂ ਬਣਦੀਆਂ ਨੇ ਕਿ ਬਹੁਤ ਵੱਡਾ ਜਿਹੜਾ ਜਨੂਨ ਹੈ ਇਸ ਨੌਜਵਾਨ ਦੇ ਵਿੱਚ ਹੈ ਸਸ਼ਕਲ ਜੀ ਸਸ਼ਕਲ ਜੀ ਕੀ ਨਾਮ ਹੈ ਜੀ ਰਵੀ ਜੀ ਰਵੀ ਮੈਂ ਦੱਸਦਾਂ ਕਿ ਰਵੀ ਨੇ ਬੁਲਾਡੇ ਤੋਂ ਜੋ ਕਿ ਬੇਹੱਦ ਮਿਹਨਤ ਕਰਦੇ ਨੇ ਤੇ ਰਵੀ ਸਭ ਤੋਂ ਪਹਿਲਾਂ ਮੈਂ ਇਹ ਹੀ ਜਾਣਨ ਦੀ ਕੋਸ਼ਿਸ਼ ਕਰਾਂਗੀ ਕਿ ਕਿੰਨੇ ਲੰਮੇ ਸਮੇਂ ਤੋਂ ਤੁਸੀਂ ਇਹ ਜਿਹੜਾ ਐਕਸਰਸਾਈਜ਼ਸ ਜਾਂ ਫਿਰ ਆਪਣਾ ਬੋਡੀ ਬਿਲਡਿੰਗ ਦਾ ਕੰਮ ਕਰ ਰਹੇ 13 ਸਾਲ ਹੋ ਗਈ 13 ਸਾਲ ਤੋਂ ਲੱਗਿਆ ਸੀ ਮੈਂ ਆਪਣੇ ਚਾਚੂ ਨੂੰ ਦੇਖਦਾ ਆਇਆ ਸੀ ਮੈਂ ਮੇਰਾ ਚਾਚਾ ਲਾਉਂਦਾ ਹੁੰਦਾ ਸੀ ਦੇਸੀ ਘਰ ਦੀ ਬੇਟਾ ਮੈਂ ਉਹਨੂੰ ਦੇਖ ਕੇ ਨਾ ਚੋਰੀ-ਚੋਰੀ ਮੈਂ ਉਹਨੂੰ ਜਿਵੇਂ ਉਹ ਲਾਉਂਦਾ ਪਿਆ ਸੀ ਮੈਂ ਉਹਨੂੰ ਦੇਖ-ਦੇਖ ਕੇ ਲਾਉਂਦਾ ਪਿਆ ਸੀ ਹਾਂ ਵੀ ਤੇਨੇ ਨਾ ਲਾਉਣਾ ਹੀ ਆ ਬੇਟਾ ਵੀ ਪਿੱਛੇ ਮੁੜ ਕੇ ਨਾ ਚੱਕੀ ਵੀ ਪ੍ਰਮਾਤਮਾ ਤੇਰੀ ਸੋਚੂਗਾ ਰੱਬ ਦੇਖੂ ਤੇਰੀ ਹਾਂ ਕਿੰਨਾ ਟਾਈਮ ਤੁਸੀਂ ਇਹ ਐਕਸਰਸਾਈਜ਼ਸ ਵਗੈਰਾ ਜਾਂ ਫਿਰ weight ਚੁੱਕਦੇ ਹੋਗੇ ਕਿੰਨਾ ਟਾਈਮ ਕਰਦੇ ਟਾਈਮ ਜੀ ਕਰਦੇ ਬਿਲਕੁਲ ਘੰਟਾ ਵੀ ਲੱਗ ਜਾਂਦਾ ਜੀ ਘੰਟੇ ਤੋਂ 2 ਮਿੰਟ ਵੀ ਲੱਗ ਜਾਂਦੇ ਨੇ ਜੀ ਔਰ ਮੇਰੇ ਵੀਰ ਭਰਾ ਜਿੰਨੇ ਵੀ ਹੱਤ ਮੰਨ ਕੇ ਬੈੰਤੀ ਆ ਮੇਰੇ ਵੀਰੋਂ ਨਸ਼ਾ ਤੋਂ ਬਚੋ ਜਿੰਨੇ ਵੀ ਹੈਗੇ ਮੇਰੀਆਂ ਭੈਣਾਂ ਮੇਰੇ ਭਾਈ ਜਿੰਨੇ ਮੇਰੀਆਂ ਮਾਵਾ ਵੀ ਆਪਦੇ ਪੁੱਤ ਨੂੰ ਸੀਨੇ ਨਾਲ ਲਾ ਕੇ ਰੱਖਣਾ ਵੀ ਇਹ ਜੇ ਪੁੱਤ ਘਰ ਘਰ ਹੀ ਹੋਣ ਮਾਵਾ ਦੇ ਰਵੀ ਕੰਮ ਕੀ ਕਰਦੇ ਹੋਗੇ ਜੇ ਮੈਂ ਕੰਮ ਦੀ ਗੱਲ ਕਰਾਂ ਕਿਉਂਕਿ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਕੰਮ ਬਹੁਤ ਜ਼ਰੂਰੀ ਹੈਗਾ ਤੇ ਕੰਮ ਕੀ ਕਰਦੇ ਕੰਮ ਕਰਦਾ ਇੱਕ ਵਾਰ ਦਾ ਕਬਾੜ ਦਾ ਕੰਮ ਕਰਦਾ ਹਾਂ ਘਰ ਘਰ ਕਰਕੇ ਲੈਣਾ ਖਰੀਦ ਕੇ ਆਂ ਗਾਂ ਇਕੱਠਾ ਕਰਕੇ ਵੇਚਦਾ ਜੀ ਅੱਛਾ ਕਬਾੜ ਦਾ ਕੰਮ ਕਰ ਹਾਂ ਜੀ ਕਬਾੜ ਦਾ ਕੰਮ ਕਰਦੇ ਹਾਂ ਫਿਰ ਘਰ ਦਾ ਗੁਜ਼ਾਰਾ ਸਿਰਫ ਜਿਹੜਾ ਕਬਾੜ ਦਾ ਕੰਮ ਕਰਦੇਓ ਕਬਾੜ ਖਰੀਦਦੇਓਗੇ ਉਸੇ ਨਾਲ ਹੀ ਚੱਲਦਾ ਉਸੇ ਨਾਲ ਹੀ ਚੱਲਦਾ ਜੀ 2-250 ਬਣਦਾ ਜੀ ਵੀ ਦੇਖ ਲੈ ਘਰ 'ਚ ਕਿੰਨੇ ਮੈਂਬਰ ਨੇ ਜੀ ਖਰਚੇ ਵੀ ਕਿੱਥੇ ਉਹਦੇ ਨਾਲ ਵੀ ਨਹੀਂ ਗੁਜ਼ਾਰਾ ਹੁੰਦਾ ਜੀ ਖਰਚ ਫਿਰ ਵੀ ਭੁੱਖੇ ਸੌ ਜਾਂਦੇ ਨੇ ਜੀ ਕਿਸੇ ਟਾਂ ਮੀ ਨਹੀਂ ਰੋਟੀ ਪੱਕਦੀ ਖਰਚਾ ਤਾਂ ਵੀ ਸੌ ਜਾਂਦੇ ਨਹੀਂ ਜਿੱਥੇ ਪ੍ਰਮਾਤਮਾ ਦੀ ਜਿੱਥੇ ਲੈ ਕੇ ਆ ਉੱਥੇ ਰਹਿਣਾ ਪੈਂਦਾ ਜਿੱਥੇ ਧਰਤੀ ਦੀ ਰਹਿਣਾ ਚੁੰਨੇ ਆਪਾਂ ਧਰਤੀ 'ਚ ਪਰਿਵਾਰ ਦੇ ਵਿੱਚ ਕੌਣ ਕੋਈ ਮੇਰੀ ਮਾਂ ਜੀ ਮੇਰੀ ਭੈਣ ਆ ਮੇਰੇ ਭਰਾ ਨੇ ਮੇਰੇ ਘਰ ਦੇ ਨੇ ਮੇਰੇ ਬੱਚੇ ਨੇ 10 ਮੈਂਬਰ ਆ ਘਰ 'ਚ ਜੀ 10 ਮੈਂਬਰ ਹੋਣਗੇ ਤੇ 10 ਮੈਂਬਰਾਂ ਦਾ ਗੁਜ਼ਾਰਾ ਕਰਨਾ ਵੀ ਬਹੁਤ ਔਖਾ ਹੈਗਾ ਤੁਸੀਂ ਜੀ ਬਹੁਤ ਜ਼ਿਆਦਾ ਔਖਾ ਜੀ ਮੈਨੂੰ ਪਤਾ ਜੀ ਮੈਂ ਕਿਵੇਂ ਕਰਦਾ ਹਾਂ ਉਹਨਾਂ ਵਿੱਚੇ ਬਹੁਤ ਜ਼ਿਆਦਾ ਮੈਂ ਕਿਸੇ ਤੋਂ ਕਿਵੇਂ ਕਿਵੇਂ ਕਰਕੇ ਲਿਆਣਾ ਇਹ ਕੰਮ ਤੋਂ ਕਿਵੇਂ ਦਿਹਾੜੀ ਕਰਕੇ ਲਾਣਾ ਮੈਨੂੰ ਪਤਾ ਹੀ ਸ਼ਾਮ ਤੱਕ ਮੈਨੂੰ ਲਿਆਣੀ ਪੈਂਦੀ ਦਿਹਾੜੀ ਕਰਕੇ ਮੇਰੇ ਦੇ ਬੱਚਿਆਂ ਦਾ ਕੁਝ ਕਰ ਸਕਦਾ ਮੈਂ ਬਹੁਤ ਮਿਹਨਤ ਕਰਨੀ ਪੈਂਦੀ ਹੈ ਮੈਨੂੰ ਵੀ ਤੇ ਜਿਹੜੀ ਮਿਹਨਤ ਤੁਸੀਂ ਇਹ ਕਰਦੇ ਹੋਗੇ ਬੋਡੀ ਬਿਲਡਿੰਗ ਦੀ ਜਾਂ ਫਿਰ ਤੁਸੀਂ weight ਚੱਕਣ ਦਾ ਇਹ ਕਰਦੇ ਹੋਗੇ ਤਾਂ ਫਿਰ ਇਹਦੇ ਵਿੱਚ ਖੁਰਾਕ ਵੀ ਬਹੁਤ ਜ਼ਰੂਰੀ ਹੈਗੀ ਫਿਰ ਖੁਰਾਕ ਕੀ ਲੈਣੀ ਖੁਰਾਕ ਤਾਂ ਬਹੁਤ ਜਿਆਦਾ ਪਰ ਖੁਰਾਕ ਨੂੰ ਵੀ ਮੇਰੇ ਕੋਲ ਕਿੱਥੇ ਖਰਾਕ ਗਈ ਖੁਰਾਕ ਨੂੰ ਹੋਵੇ ਮੈਂ ਤਾਂ ਕੋਈ ਚੰਗੀ ਚੰਗਾ ਕੁਝ ਲਾਵਾਂ ਚੰਗਾ ਖਾਵਾਂ ਚੰਗਾ ਮਸਲੀ ਸਪਲੀਮੈਂਟ ਖਾਵਾਂ ਸਪਲੀਮੈਂਟ ਖਾਣ ਲੋਗੇ ਵੀ ਨਹੀਂ ਕੁਛ ਹੈਗਾ ਮੇਰੇ ਕੋਲੇ ਕੁਛ ਵੀ ਨਹੀਂ ਹੈਗਾ ਜੀ ਬਸ ਦੋ ਰੋਟੀਆਂ ਤਿੰਨ ਰੋਟੀਆਂ ਖਾ ਲੈਣੇ ਆ ਦੁੱਧ ਪਾਇਆ ਮਿਲ ਜਾਂਦਾ ਬਸ ਛੋਲੇ ਛਾਲੇ ਖਾ ਲੈਣੇ ਜੀ ਬਸ ਐਸੀ ਨਾਲ ਹੀ ਟਾਈਮ ਪਾਸ ਕਰ ਲੈਣੀ ਅੱਛਾ ਡਾਈਟ ਪ੍ਰੋਪਰ ਮਿਲ ਨਹੀਂ ਰਹੀ ਨਹੀਂ ਮਿਲ ਰਹੀ ਬਿਲਕੁਲ ਵੀ ਨਹੀਂ ਮਿਲਦੀ ਵੀ ਭੁੱਖਾ ਬਸ ਠੀਕ ਹੈ ਜਿੰਮੇ ਬਣੀ ਜਾਂਦਾ ਖਾਈ ਜਾਂ ਨਹੀਂ ਲਾਤਾ ਐਸੇ ਨੇ ਕਿ ਕਈ ਵਾਰ ਪਰਿਵਾਰ ਨੂੰ ਭੁੱਖਾ ਤੱਕ ਸੌਣਾ ਪੈ ਜਾਂਦਾ ਤੇ ਮੈਂ ਕੈਮਰਾਮੈਨ ਨੂੰ ਇੱਕ ਵਾਰ ਜ਼ਰੂਰ ਕਹਾਂਗੀ ਕਿ ਜੋ ਘਰ ਹੈ ਬਿਲਕੁਲ ਕੱਚਾਗਾ ਇੱਕ ਤਾਂ ਕਹਿ ਦਿੰਨੇ ਅੰਗੇ ਕਿ ਕੱਚਾ ਦੂਸਰੇ ਲੋਟ ਹੈ ਬਿਲਕੁਲ ਹੀ ਕੱਚਾ ਘਰ ਹੈਗਾ ਤੇ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਜਿਹੜਾ ਪਰਿਵਾਰ ਹੈਗਾ ਉਹ ਰਹਿ ਰਿਹਾ ਹੈਗਾ ਪਰ ਫਿਰ ਵੀ ਇਸ ਨੌਜਵਾਨ ਦੇ ਵਿੱਚ ਜਨੂਨ ਐਨਾ ਹੈ ਕਿ ਆਪਣੇ ਜਿਹੜਾ ਜਨੂਨ ਹੈਗਾ ਆਪਣੇ ਅੰਦਰ ਜਿਹੜਾ ਇੱਕ ਵੱਡਾ ਬੋਡੀ ਬਿਲਡਰ ਜਿਹੜਾ ਇਹ ਕਹਿ ਰਿਹਾ ਨੌਜਵਾਨ ਦੇ ਅੰਦਰ ਜਿਹੜਾ ਵੱਡਾ ਬੋਡੀ ਬਿਲਡਰ ਹੈਗਾ ਉਹਨੂੰ ਇਹਨੇ ਦਬਣ ਨਹੀਂ ਦਿੱਤਾ ਹੈਗਾ ਆਪਣਾ ਮਾੜੇ ਹਾਲਾਤਾਂ ਦੇ ਵਿੱਚ ਰਹਿ ਕੇ ਵੀ ਆਪਣਾ ਜਨੂਨ ਹੈ ਉਹ ਪੂਰਾ ਕਰ ਰਿਹਾ ਹੈਗਾ ਚਾਹੇ ਦਿਨ ਦੇ ਵਿੱਚ 1 ਘੰਟਾ ਕਰੇ ਚਾਹੇ 2 ਮਿੰਟ ਕਰੇ ਆਪਣੀਆਂ ਐਕਸਰਸਾਈਜ਼ਸ ਕੰਟੀਨਿਊ ਕਰਦਾ ਹੈਗਾ ਤੇ ਫਿਰ ਵੀ ਹੌਂਸਲੇ ਬਹੁਤ ਬੁਲੰਦ ਨੇ ਇਸ ਨੌਜਵਾਨ ਦੇ ਤੇ ਅਜਿਹੇ ਹੌਂਸਲਿਆਂ ਨੂੰ ਅਸੀਂ ਸਲਾਮ ਕਰਦੇ ਹਾਂਗੇ ਤੇ ਜੇਰਾ ਵੀ ਮੈਂ ਗੱਲ ਕਰਾਂ ਫਿਰ ਕਦੇ ਜਿੰਮ ਲਗਾਉਣ ਦੀ ਕਿਉਂਕਿ ਜਿਹੜੇ ਬੋਡੀ ਬਿਲਡਰ ਹੁੰਦੇ ਆ ਉਹ ਜ਼ਿਆਦਾਤਰ ਜਿੰਮ ਲਗਾਉਂਦੇ ਆ ਮਹਿੰਗੇ ਪ੍ਰੋਟੀਨ ਖਾਂਦੇ ਆਗੇ ਇਦਾਂ ਦਾ ਕੁਝ ਨਹੀਂ ਕਦੇ ਕੀਤਾ ਤੁਸੀਂ ਨਹੀਂ ਜੀ ਨਹੀਂ ਕੀਤਾ ਮੈਨੂੰ ਮੈਨੂੰ ਮੈਂ ਫਿਰ ਵੀ ਚੋਨਾ ਵਿੱਚ ਆ ਮੇਰੇ ਕੋਲ ਐ ਜੇ ਕੁਝ ਹੋਵੇ ਮੈਂ ਚੰਗੀ ਚੰਗੀ ਬੋਡੀ ਬਣਾਵਾ ਜਿੰਨੇ ਲੋਕ ਨੇ ਬੋਡੀ ਬਿਲਡਰ ਲੋਕ ਨੇ ਮੇਰੇ ਕੋਲੇ ਆਣ ਮੇਰਾ ਸਲਾਮ ਕਰਨਾ ਮੈਂ ਉਹਨਾਂ ਦਾ ਬਹੁਤ ਤੁਹਾਨੂੰ ਧੰਨਵਾਦ ਕਰਾਂ ਮੈਂ ਉਹਨਾਂ ਨੂੰ ਫ੍ਰੀ ਜਮ ਰੱਖਾਂ ਬਹੁਤ ਵਧੀਆ ਨਸ਼ੇ ਤੋਂ ਛਡਾ ਮਾ ਉਹਨਾਂ ਨੂੰ ਮੈਂ ਉਹਦੀਆਂ ਮਾਮਾ ਦੇ ਪੁੱਤਾਂ ਨੂੰ ਮੈਂ ਸੰਭ ਕੇ ਰੱਖਾਂ ਮੈਂ ਮੈਂ ਆਪਦਾ ਨਾਮ ਕਮਾਵਾ ਮੇਰੇ ਵੀਰਾਂ ਦਾ ਵੀ ਜਿੰਨੇ ਵੀ ਮੇਰੇ ਵੀਰ ਨੇ ਹੱਥ ਮੰਨ ਕੇ ਬੈਂਤੀ ਕਰਦਾ ਜਿੰਨੇ ਵੀ ਪਲੇਅਰ ਨੇ ਕਬੱਡੀ ਦੇ ਮੇਰੇ ਵੀਰ ਜਿੰਨੇ ਵੀ ਮੇਰੇ ਭਾਈ ਨੇ ਮੈਨੂੰ ਵੱਧੋ ਵੱਧ ਮਦਦ ਚਣੀ ਜਿਹਦੀ ਆ ਦੇ ਕੋਸ਼ਿਸ਼ ਨਹੀਂ ਕੀਤੀ ਹੈਗੀ ਵੀ ਮੈਂ ਕਦੇ ਟੂਰਨਾਮੈਂਟਾਂ ਦੇ ਵਿੱਚ ਜਾਵਾਂ ਜਾਂ ਫਿਰ ਉੱਥੋਂ ਕੋਈ ਵਧੀਆ ਪੈਸੇ ਕਿਉਂਕਿ ਜਿਹੜੇ ਇਦਾਂ ਦੇ ਬੋਡੀ ਬਿਲਡਰ ਹੁੰਦੇ ਹੈਗੇ ਉੱਥੇ ਵਧੀਆ ਪ੍ਰਾਈਸਿਸ ਦਿੰਦੇ ਹੈਗੇ ਟੂਰਨਾਮੈਂਟਾਂ ਤੇ ਮੈਂ ਸੁਣਿਆ ਪਰ ਮੈਂ ਅਜੇ ਤੱਕ ਗਿਆ ਨਹੀਂ ਮੈਨੂੰ ਆਪਣੀ ਮਿਹਨਤ ਦਾ ਕਰਕੇ ਮੈਂ ਆਪਣੀ ਮਿਹਨਤ ਦਾ ਕਰਕੇ ਖਾ ਸਕਦਾ ਪਰ ਮੈਂ ਉੱਥੇ ਤੱਕ ਉਤੇ ਪਹੁੰਚਿਆ ਨਹੀਂ ਜੀ ਨਾ ਮੈਨੂੰ ਕਿਸੇ ਨੇ ਬੁਲਾਇਆ ਮੈਨੂੰ ਕਿਸੇ ਨੂੰ ਪਤਾ ਨਹੀਂ ਮੈਂ ਸ਼ੋਅ ਨਹੀਂ ਕਰਦਾ ਦੀ ਆਪਣੀ ਬੋਡੀ ਵੀ ਮੇਰੇ ਕੋਲ ਹੈਗਾ ਕਿ ਨਹੀਂ ਹੈਗਾ ਪਰ ਮੈਂ ਬੋਡੀ ਨੂੰ ਵੀ ਆਪਦੀ ਨੂੰ ਸਾਮ ਘਰਾਦਾ ਮੈਂ ਮੈਂ ਬਹੁਤ ਦਿਲ ਕਰਦਾ ਮੈਂ ਇਦੋਂ ਵੀ ਬਹੁਤ ਸੋਹਣੀ ਬੋਡੀ ਬਣਾਵਾ ਬਹੁਤ ਜਿਆਦਾ ਜਮੈਂ ਫ੍ਰੀ ਛੱਡਾਂ ਮੇਰੇ ਵੀਰਾਂ ਲਈ ਜਿੰਨੇ ਵੀ ਲੋਕ ਭਰਾ ਨੇ ਮੇਰੇ ਜਿੰਨੇ ਵੀ ਹੈਗੇ ਨੇ ਮੈਂ ਨਸ਼ਾ ਛਡਾਵਾਂ ਉਹਨਾਂ ਦਾ ਵੱਧੋ ਵੱਧ ਬੰਦ ਕਰਾਉ ਨਸ਼ਾ ਉਹਨਾਂ ਦਾ ਮੇਰੇ ਵੀਰਾਂ ਦਾ ਮੈਂ ਨਸ਼ਾ ਬਿਲਕੁਲ ਬੰਦ ਕਰਾ ਦੇਣਾ ਮੈਂ ਨਸ਼ਾ ਛਡਾਈ ਦੇਣਾ ਮੇਰੇ ਭਰਾਵਾਂ ਦਾ ਵੱਧੋ ਵੱਧ ਬੱਡੀ ਬਿਲਡਰ ਚ ਪਾ ਦੇਣਾ ਇਹਨਾਂ ਨੂੰ ਮੇਰੇ ਬਾਈ ਨੂੰ ਜੇ ਮੈਂ ਗੱਲ ਕਰਾਂ ਕਿ ਤੁਸੀਂ ਕਬਾੜ ਦਾ ਕੰਮ ਕਰਦੇ ਹੋ ਕਬਾੜ ਖਰੀਦਦੇ ਹੋਗੇ ਪਿੰਡੀ ਪਿੰਡੀ ਜਾ ਕੇ ਤੇ ਰੋਜ਼ਾਨਾ ਕਿੰਨੇ ਕ ਕਮਾ ਲੈਨੇ ਹੋ ਮੈਂ ਉਹਦੀ ਆਮਦਨੀ 2-250 ਬਣਾ ਲਾ ਜੀ ਕਿਸੇ ਟਾਈਮ ਖਾਲੀ ਆਏ ਨਾ ਕਿਸੇ ਟਾਈਮ ਕੁਝ ਵੀ ਨਹੀਂ ਬਣਦਾ ਜੀ ਕਿਸੇ ਟਾਈਮ ਪੱਲੋ ਵੀ ਪੈ ਜਾਂਦੇ ਨੇ ਕੁਝ ਟਾਈਮ ਬਣ ਵੀ ਜਾਂਦੇ ਆ ਕਿਸੇ ਨਾ ਨਹੀਂ ਬਣਦੇ ਅੱਛਾ ਕਈ ਵਾਰ ਪੱਲਿਓਂ ਵੀ ਪੈ ਜਾਂਦੇ ਪੈ ਜਾਂਦੇ ਨੇ ਪੱਲੋ ਵੀ ਇਹ ਵੀ 2250 ਰੁਪਿਆ ਤਾਂ ਬਹੁਤ ਘੱਟ ਹੈਗਾ ਇਹਨੇ ਜਿਵੇਂ ਤੁਸੀਂ ਦੱਸਿਆ ਕਿ ਪਰਿਵਾਰ ਦੇ ਵਿੱਚ 10 ਮੈਂਬਰ ਨੇਗੇ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲਦਾ ਹੋਣਾ ਫਿਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੱਲਦਾ ਜੀ ਕਿਸੇ ਟਾਈਮ ਦਾਣਾ ਪ੍ਰਮਾਤਮਾ ਨੂੰ ਯਾਦ ਕਰਦੇ ਆਂ ਵੀ ਅੱਬਾ ਮੇਰੀ ਵੀ ਕਿਤੇ ਸੁਣ ਲਾ ਮੇਰੇ ਜਿੰਨੇ ਵੀਰ ਭਰਾ ਨੇ ਵੱਧੋ ਵੱਧ ਸਰਕਾਰਾਂ ਨੂੰ ਬੇਨਤੀ ਹੈ ਵੱਧੋ ਵੱਧ ਮੇਰੀ ਮਦਦ ਮਦਦ ਚਾਹੀਦੀ ਹੈ ਵੱਧੋ ਵੱਧ ਫੁੱਲ ਤੋਂ ਫੁੱਲ ਚਾਹੀਦੀ ਆ ਅਭੀ ਥੋੜੇ ਇਮੋਸ਼ਨਲ ਹੋ ਰਹੇ ਨੇਗੇ ਕਿਉਂਕਿ ਹਾਲਾਤ ਬਹੁਤ ਮਾੜੇ ਨੇਗੇ ਵੀਰ ਦੇ ਘਰ ਦੇ ਪਰ ਫਿਰ ਵੀ ਜਨੂਨ ਹੈ ਜੋ ਇਹਨਾਂ ਦਾ ਉਸ ਨੂੰ ਸਲਾਮ ਕਰਨੀ ਬਣਦੀ ਹੈਗੀ ਤੇ ਵੀਰ ਮੈਂ ਜੇ ਮੈਂ ਗੱਲ ਕਰਾਂ ਤਾਂ ਫਿਰ ਕਿੰਨੇ ਸਮੇਂ ਤੋਂ ਤਕਰੀਬਨ ਤੁਸੀਂ ਦੱਸਿਆ ਕਿ 13 ਸਾਲਾਂ ਤੋਂ ਇਹ ਕਰ ਰਹੇ ਹੋਗੇ ਫਿਰ ਕਦੇ ਇਦਾਂ ਨਹੀਂ ਆਇਆ ਕੋਈ ਹੈਲਪ ਦੇ ਲਈ ਆ ਗਿਆ ਹੋਵੇ ਵੀਰ ਅਭੀ ਬਹੁਤ ਵਧੀਆ ਤੂੰ ਮਿਹਨਤ ਕਰ ਰਹੇ ਆਂਗਾ ਅਸੀਂ ਤੇਰੀ ਹੈਲਪ ਕਰਾਂਗੇ ਕੋਈ ਕੋਈ ਨਹੀਂ ਆਇਆ ਮੇਰੇ ਕੋਲ ਕੋਈ ਵੀ ਨਹੀਂ ਆਇਆ ਪ੍ਰਸ਼ਾਸਨ ਕੋਈ ਵੀ ਕੋਈ ਮੇਰਾ ਵੀਰ ਨਹੀਂ ਆਇਆ ਕੋਈ ਵੀ ਮੇਰੇ ਭਰਾ ਨੇ ਕਿਸੇ ਨੇ ਨਹੀਂ ਮੇਰੀ ਮਦਦ ਕੀਤੀ ਦੇ ਵਿੱਚ ਹੋਰ ਕੌਣ ਕੌਣ ਕਮਾਉਣ ਵਾਲਾ ਮੇਰਾ ਭਰਾ ਹੈਂਡੀਕੈਪਟਾ ਹੈ ਇਹਦਾ ਵੀ ਗੁਜ਼ਾਰਾ ਮੈਨੂੰ ਕਰਨਾ ਪੈਂਦਾ ਇਹ ਤੁਰ ਨਹੀਂ ਸਕਦਾ ਜਾ ਨਹੀਂ ਸਕਦਾ ਕਮਾਨ ਨਹੀਂ ਸਕਦਾ ਇਹਦਾ ਵੀ ਗੁਜ਼ਾਰਾ ਕਰਨਾ ਪੈਂਦਾ ਮੇਰੇ ਭਰਾ ਛੋਟੇ ਛੋਟੇ ਹੋਰ ਵੀ ਨੇ ਦੋ ਉਹਨਾਂ ਦਾ ਵੀ ਗੁਜ਼ਾਰਾ ਮੈਨੂੰ ਕਰਨਾ ਪੈਂਦਾ ਮੇਰੀ ਮਾਂ ਮੇਰੀ ਭੈਣ ਉਹ ਵੀ ਘਰ ਬੈਠੀ ਆ ਰੁੱਸ ਕੇ ਆਈ ਦੋ ਬੱਚੇ ਨੇ ਉਹਦੇ ਕੋਲੇ ਤਿੰਨ ਬੱਚੇ ਦੋ ਗੁੱਡੀਆਂ ਨੇ ਇੱਕ ਮੁੰਡਾ ਉਹ ਵੀ ਰੁੱਸ ਕੇ ਘਰ ਬੈਠੀ ਆ ਇਹਦੀ ਵੀ ਸਾਨੂੰ ਟੈਨਸ਼ਨ ਨਹੀਂ ਹੁੰਦੀ ਆ ਵੀ ਵੀ ਘਰ ਬੈਠੀ ਆ ਸਾਨੂੰ ਬਹੁਤ ਮਹਿਸੂਸ ਔਖ ਆਉਂਦਾ ਵੀ ਆਪਣੀ ਘਰੇ ਭੈਣ ਬੈਠੀ ਆ ਬਹੁਤ ਔਖਾ ਹੋ ਜਾਂਦਾ ਸਾਨੂੰ ਵੀ ਵੀ ਮੇਰੀ ਭੈਣ ਘਰੇ ਬੈਠੀ ਆ ਵੀ ਦੇ ਤਰਤੇ ਜਿਹੜਾ ਕਮਾਉਣ ਵਾਲਾ ਉਹ ਵੀ ਨਹੀਂ ਕਮਾ ਸਕਦਾ ਫਿਰ ਨੂੰ ਸਾਨੂੰ ਬਹੁਤ ਸ਼ਰਮੀ ਆਉਂਦੀ ਆ ਮੇਰੀ ਭੈਣ ਸਾਡੇ ਘਰੇ ਬੈਠੀ ਆ ਹਾਲਾਤ ਮਾੜੇ ਹੋ ਜਾਂਦੇ ਨੇ ਕੀ ਬਰ ਸੋਚਣਾ ਪੈਂਦਾ ਵੀ ਆਪਦੀ ਭੈਣ ਵੀ ਸਾਡੇ ਘਰੇ ਬੈਠੀ ਆ ਕਈ ਵਾਰ ਫਿਰ ਐਦਾਂ ਵੀ ਕਹਿ ਦਿੰਦੇ ਨੇ ਕਿ ਜਿਹੜੇ ਜਿੰਮ ਟ੍ਰੇਨਰ ਹੁੰਦੇ ਹੈਗੇ ਉਹ ਵੀ ਰੱਖੇ ਜਾਂਦੇ ਨੇ ਤੁਸੀਂ ਬਹੁਤ ਜਿਹੜੀਆਂ ਐਕਸਰਸਾਈਜ਼ਸ ਜਾਣਦੇ ਹੋਗੇ ਤੇ ਤੁਸੀਂ ਤਾਂ ਘਰੇ ਦੇਸੀ ਜੁਗਾਰ ਲਾ ਕੇ ਜਿਹੜਾ ਆਪਣਾ ਬਾਡੀ ਬਣਾਈ ਹੈਗੀ ਤੇ ਜੇਕਰ ਤੁਸੀਂ ਵੱਡੀਆਂ ਮਸ਼ੀਨਾਂ ਤੇ ਜਾ ਕੇ ਉਹਨਾਂ ਤੇ ਜਿਹੜੀਆਂ ਜਿੰਮ ਦੇ ਵਿੱਚ ਹੁੰਦੀਆਂ ਨੇ ਉਹਨਾਂ ਤੇ ਐਕਸਰਸਾਈਜ਼ਸ ਕਰੋਗੇ ਤਾਂ ਤੁਸੀਂ ਹੋਰ ਵੀ ਵਧੀਆ ਬਾਡੀ ਬਣਾ ਸਕਦੇ ਹੋ ਤੇ ਨੌਜਵਾਨਾਂ ਨੂੰ ਵੀ ਸੰਦੇਸ਼ ਦੇ ਸਕਦੇ ਹੋ ਕਿਤੇ ਕਿਸੇ ਜਿੰਮ ਦੇ ਜਿੰਮ ਦੇ ਮਾਲਕ ਦੇ ਨਾਲ ਕਦੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਵੀ ਉਥੇ ਜਿੰਮ ਟ੍ਰੇਨਰ ਲਾ ਹੋਈ ਨਹੀਂ ਉਹਨਾਂ ਤੱਕ ਵੀ ਨਹੀਂ ਪਹੁੰਚੀ ਪਹੁੰਚੀ ਨਹੀਂ ਗਾਲਾ ਬਹੁਤ ਦਿਲ ਕਰਦਾ ਮੇਰਾ ਹੀ ਮੈਂ ਵੱਡੀ ਵੱਡੀਆਂ ਜਮਾ ਖੋਲਾ ਮੈਂ ਕਿਤੇ ਫਰੀ ਵੀ ਛੱਡਾਂ ਜਮਾ ਜਿੰਨੇ ਮੇਰੇ ਵੀਰ ਨੇ ਨਸ਼ਿਆਂ ਤੋਂ ਵਚਣਗੇ ਮੇਰਾ ਬਹੁਤ ਸਲਾਮ ਕਰਨਗੇ ਭਾਈ ਮੇਰੇ ਮੈਂ ਇਹਨਾਂ ਨੂੰ ਬਚਾ ਕੇ ਰੱਖਾਂ ਨਸ਼ਿਆਂ ਤੋਂ ਬਹੁਤ ਜ਼ਿਆਦਾ ਬਚਾ ਕੇ ਰੱਖਾਂ ਨਸ਼ਾ ਛੜਾਵਾ ਮੇਰੇ ਵੀਰਾਂ ਦਾ ਵੀ ਜਿੰਨੇ ਮੇਰੀਆਂ ਮਾਮਾ ਦੇ ਪੁੱਤ ਨੇ ਨਸ਼ਾ ਛੱਡਣਾ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਸਰੀਰ ਬਣਾਵਾ ਮੈਂ ਆਪਦੇ ਕਾਬਲ ਜੋਗਾ ਹਵਜਾਮੇ ਪੰਜਾਬ ਤੋਂ ਪੰਜਾਬ ਨੂੰ ਦੇਖ ਕੇ ਮੇਰਾ ਬਹੁਤ ਹੌਸਲਾ ਵੱਧਦਾ ਵੀ ਮੇਰਾ ਪੰਜਾਬ ਨਸ਼ੇ 'ਚ ਡੁੱਬਿਆ ਫਿਰਦਾ ਮੈਂ ਨਸ਼ਾ 'ਚ ਡੁੱਬਣਾ ਨਹੀਂ ਚਾਹੁੰਦਾ ਮੇਰੇ ਪੰਜਾਬ ਨੂੰ ਵੀ ਮੇਰੇ ਪੰਜਾਬ ਨੂੰ ਮੈਂ ਸੋਨੇ ਦੀ ਚਿੜੀ ਬਣਾ ਕੇ ਰੱਖਾਂ ਬੋਡੀ ਫਿਲਟਰ 'ਚ ਬਣਾ ਕੇ ਰੱਖਾਂ ਮੈਂ ਤੇ 13 ਸਾਲ ਤੋਂ ਤੁਸੀਂ ਲਗਾਤਾਰ ਹੀ ਐਕਸਰਸਾਈਜ਼ਸ ਕਰਦੇ ਆ ਰਹੇ ਹੋ ਜਾਂ ਫਿਰ ਕਈ ਵਾਰ ਵਿੱਚ ਨੰਗਾ ਪੀ ਪਿਉਂਦੇ ਮੈਂ ਮੈਨੂੰ ਪਾ ਜਾਂਦਾ ਹੀ ਨੰਗਾ ਪਾ ਜਾਂਦਾ ਹੀ ਕੀ ਵਾਰ ਮੈਨੂੰ ਮਹੀਨਾ ਨੰਗਾਣਾ ਪੈਂਦਾ ਪਰ ਕੀ ਵਾਰ ਖਰਾ ਕੇ ਨਹੀਂ ਜੁੜਦੀ ਨਾ ਪਰ ਮੈਨੂੰ ਫਿਰ ਮੈਂ ਹਿੰਮਤ ਨਹੀਂ ਹਾਰਦਾ ਜੀ ਫਿਰ ਵੀ ਮੈਂ ਟਾਈਮ ਕੱਢ ਲਾਣਾ ਜਿੰਮ ਵਾਸਤੇ ਵੀ ਆਪਦੀ ਘਰ ਦੀ ਦੇਸੀ ਵੇਟਰ ਲਾ ਕੇ ਫਿਰ ਮੈਨੂੰ ਕਿਵੇਂ ਮਰਜ਼ੀ ਕਰਨਾ ਪਵੇ ਪਰ ਮੈਂ ਆਪਦੀ ਜਿੰਮ ਕਰੇ ਲਾਉਣਾ ਹੀ ਦੇਸੀ ਐਕਸਰਸਾਈਜ਼ ਸਿਰਫ ਆਹ ਜਿਹੜੀਆਂ ਤੁਸੀਂ ਦੇਸੀ ਆ ਬਣਾਈਆਂ ਹੋਈਆਂ ਨਹੀਂਆਂ ਇਹਨਾਂ ਨਾਲ ਹੀ ਕਰ ਹਾਂਜੀ ਇਹਨਾਂ ਨਾਲ ਹੀ ਕਰ ਲੈਣਾ ਬਣਾ ਕੇ ਦੋ ਇਟਾਂ ਲਾ ਕੇ ਸ਼ੋਲਡਰ ਲਾ ਲੈਣਾ ਹੀ ਮੈਂ ਚੈਸਟ ਲਾ ਲੈਣਾ ਦੀ ਐਸੇ ਨਾਲ ਹੀ ਬੈਂਚ ਪ੍ਰੈਸ ਲਾ ਕੇ ਜੇ ਨਾਲੇ ਫੋਲੋਓਪਰ ਲਾ ਕੇ ਪ੍ਰਿੰਟ ਵਾਲਾ ਡੰਬਾ ਵਾਲਾ ਬਣਾ ਕੇ ਲਾ ਲੈਣਾ ਹੀ ਪ੍ਰੈਸ ਨਾਲ ਡੋਲੇ ਬਣਾ ਲੈਣਾ ਕਿ ਸ਼ੋਲਡਰ ਬਣਾ ਕੇ ਲਾ ਲੈਣਾ ਜਿੰਨਾ ਮੈਨੂੰ ਪਤਾ ਹੈ ਮੈਂ ਓਨਾਂ ਘਲਾਲਾ ਨਾ ਜੀ ਮੇਰਾ ਬਹੁਤ ਦਿਲ ਕਰਦਾ ਮੈਂ ਵੱਡੀਆਂ ਵੱਡੀਆਂ ਕੰਪੀਟੀਸ਼ਨ ਵੀ ਗਿਆ ਤਾਂ ਵੀ ਹੋਰ ਵੀ ਮੇਰੀਆਂ ਸਰਕਾਰਾਂ ਜਿੰਨੇ ਵੀ ਮੇਰੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੱਥੋਂ ਤੋਂ ਬੰਨ ਕੇ ਬੇਨਤੀ ਕਰਦਾ ਇਹਦੇ ਤੋਂ ਇਲਾਵਾ ਹੋਰ ਕੀ ਸ਼ੌਂਕ ਨਹੀਂ ਗੇ ਰਵੀ ਤਾਂ ਸ਼ੌਂਕ ਹੈ ਮੈਂ ਮਰਮਾਤਮਾ ਤੋਂ ਆਇਆ ਚੋਣਾ ਮੇਰੇ ਵੀਰ ਜਿੰਨੇ ਵੀ ਨੇ ਨਸ਼ਿਆਂ ਤੋਂ ਵਚਨ ਮੇਰੇ ਭਰਾ ਐਨੇ ਬਸ ਐਨੀ ਬੇਨਤੀ ਹੈ ਮੇਰੇ ਭਰਾ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਸਹਰੋ ਬਹੁਤ ਜ਼ਿਆਦਾ ਸਰੀਰ ਬਣਾਵਾ ਇਹਨਾਂ ਤੋਂ ਵਧੀਆ ਸਰੀਰ ਬਣਾਵਾ ਮੈਂ ਆਪਦਾ ਵੀ ਬਣਾਵਾਂ ਮੈਂ ਹੋਰ ਵੀ ਜਿਆਦਾ ਮੈਂ ਗਾਹਾਂ ਪਹੁੰਚਾਂ ਮੇਰੀ ਜਿਆਦੇ ਅਲਫਾ ਹੋਵੇ ਜਦੋਂ ਖਾਣ ਨੂੰ ਕਦੇ ਰੋਟੀ ਨਹੀਂ ਮਿਲਦੀ ਹੈਗੀ ਪਰਿਵਾਰ ਸਾਰਾ ਭੁੱਖਾ ਬੈਠਾ ਹੁੰਦਾ ਹੈ ਮਿਹਨਤ ਕਰਨ ਜਾਂਦੇ ਹੋ ਪਰ ਕੁਝ ਬਣਦਾ ਨਹੀਂ ਹੈਗਾ ਤੇ ਫਿਰ ਐਦਾ ਕਦੇ ਦਿਲ ਚਾਹੁੰਦਾ ਨਹੀਂ ਵੀ ਮੈਂ ਕੀ ਖਟਿਆ ਇੰਨੀ ਮਿਹਨਤ ਕਰਦਾਗਾ ਐਕਸਰਸਾਈਜ਼ ਕਰਦਾ ਮੈਨੂੰ ਕਦੇ ਇਸ ਚੀਜ਼ ਦਾ ਵੀ ਮੁੱਲ ਨਹੀਂ ਮਿਲਿਆ ਨਹੀਂ ਮਿਲਿਆ ਮੁੱਲ ਮਿਲਿਆ ਨਹੀਂ ਬਹੁਤ ਦਿਲ ਕਰਦਾ ਈ ਮੇਰਾ ਬਹੁਤ ਜਿਆਦੇ ਜੀ ਮੈਂ ਸੋਚਦਾ ਵੀ ਮੈਂ ਪ੍ਰਮਾਤਮਾ ਮੇਰਾ ਵੀ ਹੈਗਾ ਪਰ ਮੈਂ ਕਹਿੰਦਾ ਪ੍ਰਮਾਤਮਾ ਸਭ ਨੂੰ ਦੇਵੇ ਹੈ ਜੈ ਸਰੀਰ ਘਰ ਘਰ ਹੋਣਾ ਇਹ ਜੇ ਪੁੱਤ ਸਭ ਦੇ ਹੋਣ ਮਾ ਇਹ ਜੇ ਘਰ ਘਰ ਮਾ ਮਾ ਰੱਖਣਾ ਸੀਨੇ ਨਾਲ ਲਾ ਕੇ ਸ਼ਿਕਵਾ ਨਹੀਂ ਹੋਇਆ ਕਦੇ ਰੱਬ ਤੋਂ ਵੀ ਰੱਬ ਨੇ ਕਿਉਂ ਆਇਆ ਸ਼ਿਕਵਾ ਨਹੀਂ ਹੋਇਆ ਨਹੀਂ ਹੋਇਆ ਕਿਸੇ ਨੇ ਨਹੀਂ ਸੁਣੀ ਪਰ ਮੈਨੂੰ ਮੀਂਦਾ ਹੈਗੀ ਆ ਮੈਂ ਕਰਕੇ ਦਿਖਾਉਂਗਾ ਸਰਕਾਰਾਂ ਨੂੰ ਵੀ ਕਰਕੇ ਦਿਖਾਉਂਗਾ ਮੈਂ ਆਪਣੀ ਜ਼ਿੰਦਗੀ ਬਣਾ ਕੇ ਦਿਖਾਵਾਂ ਮੈਂ ਆਪਣਾ ਸਰੀਰ ਬਣਾ ਕੇ ਹੋਰ ਵੀ ਵਧੀਆ ਬਣਾਵਾਂ ਹੋਰ ਵੀ ਜਿਆਦਾ ਮੈਂ ਬਾਡੀ ਬਿਲਡਰ ਚ ਪਾਵਾਂ ਕੰਪੀਟੀਸ਼ਨ ਕਿੱਡਾ ਮੈਂ ਮਹਿੰਗੇ ਮਹਿੰਗੇ ਕੰਪੀਟੀਸ਼ਨ ਕਿੱਡਾ ਹੋਰ ਵੀ ਜਾ ਕੇ ਮੈਂ ਵਧੀਆ ਦਾ ਸ੍ਰੀ ਕਮਾਵਾ ਮੈਂ ਆਪਦਾ ਨਾਮ ਕਮਾਵਾ ਸਰਕਾਰਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਗਰੀਬ ਪਰਿਵਾਰਾਂ ਨੂੰ ਅਸੀਂ ਸਹਾਇਤਾ ਦਿੰਨੇ ਆਂਗੇ ਤੁਹਾਡੇ ਤਾਂ ਜਿਵੇਂ ਦੇਖਿਆ ਕਿ ਸਾਰੇ ਕੱਚੇ ਘਰ ਨੇਗੇ ਬਿਲਕੁਲ ਹੀ ਕੱਚੇ ਨੇਗੇ ਤੇ ਘਰਾਂ ਦੀਆਂ ਕੰਧਾਂ ਤੱਕ ਨਹੀਂ ਹੈਗੀਆਂ ਦਰਵਾਜ਼ੇ ਹੋਣੇ ਤਾਂ ਬਹੁਤ ਦੂਰ ਦੀ ਗੱਲ ਹੈਗੀ ਰਵੀ ਘਰਾਂ ਦੀਆਂ ਕੰਧਾਂ ਵੀ ਨਹੀਂ ਹੈਗੀਆਂ ਤੁਹਾਡੇ ਤੇ ਸਰਕਾਰ ਦੇ ਵੱਲੋਂ ਕੋਈ ਮਦਦ ਨਹੀਂ ਮਿਲੀ ਕੋਈ ਨਹੀਂ ਸਰਕਾਰ ਵੱਲੋਂ ਮਦਦ ਕਿਤੇ ਵੀ ਨਹੀਂ ਮਿਲੀ ਜੀ ਬਹੁਤ ਸਾਲ ਟੱਪ ਗਏ ਸਾਨੂੰ ਐਂ ਹੋ ਗਈ 50 ਸਾਲ ਹੋ ਗਈ 50 ਸਾਲ ਮੇਰੀ ਮਾਂ ਦੀ 50 ਸਾਲ ਦੀ ਉਮਰ ਹੋ ਗਈ ਸਹੀ 10 ਸਾਲ ਦੀ ਮੇਰੀ ਉਮਰ ਹੋ ਗਈ ਜੀ ਜਿਵੇਂ ਬੈਠੇ ਆ ਨਾ ਸ਼ੁਰੂ ਤੋਂ ਐਂ ਬੈਠੇ ਆ 50 ਸਾਲ ਦੇ ਵਿੱਚ ਹਾਲ ਤੱਕ ਕੁਝ ਨਹੀਂ ਹੋਇਆ ਸਾਡਾ ਬੋ ਕੁਝ ਵੀ ਨਹੀਂ ਹੋਇਆ ਕਿਸੇ ਨੇ ਕਿਸੇ ਨੇ ਸਾਡੀ ਗੱਲ ਸੁਣੀ ਕਿਸੇ ਨੇ ਸਰਕਾਰਾਂ ਨੇ ਨਹੀਂ ਸੁਣੀਆਂ ਮੇਰੇ ਵੀਰਾਂ ਨੇ ਨਹੀਂ ਸੁਣੀਆਂ ਮੈਨੂੰ ਵਾਦੋ-ਵਾਦ ਮਦਦ ਚਾਹੀਦੀ ਹੈ ਵਾਦੋ-ਵਾਦ ਜਿੰਨਾ ਹੋ ਸਕਦਾ ਵੀ ਉਹਨਾ ਹੋ ਸਕਦਾ ਕਰ ਸਕਦੇ ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਜੋ ਸਭ ਕੁਝ ਹੁੰਦੇ ਹੋਵਾਏ ਵੀ ਟਿੱਕੇ ਬੈਠ ਜਾਂਦੇ ਨੇ ਸੋਚਦੇ ਨੇ ਵੀ ਸਾਡੇ ਤੋਂ ਇਹ ਚੀਜ਼ ਹੋਣੀ ਨਹੀਂ ਹੈਗੀ ਅਸੀਂ ਇਹ ਕਰ ਹੀ ਨਹੀਂ ਸਕਾਂ ਨੌਜਵਾਨ ਨੂੰ ਕਹਿ ਜਾਂਦਾ ਮੇਰੇ ਸਰਕਾਰਾਂ ਨੂੰ ਮੇਰੇ ਵੀਰਾਂ ਨੂੰ ਮੇਰੇ ਭਾਈਆਂ ਨੂੰ ਮੇਰੀਆਂ ਭੈਣਾਂ ਨੂੰ ਵੀ ਵੱਧੋ ਵੱਧ ਮਦਦ ਹੋਣੀ ਚਾਹੀਦੀ ਫਲ ਤੋਂ ਫਲ ਫਲ ਤੋਂ ਫਲ ਜਾਰੇ ਹੱਤ ਮੰਨ ਕੇ ਬੈਂਤੀ ਕਰਦਾ ਮੇਰੇ ਵੀਰੋਂ ਵੀ ਜਿੰਨਾ ਹੋ ਸਕਦਾ ਵੱਧੋ ਵੱਧ ਕਰ ਸਕਦੇ ਮੈਂ ਵੀ ਦਰਸ਼ਕਾਂ ਨੂੰ ਅਪੀਲ ਕਰਾਂਗੀ ਕਿ ਨੌਜਵਾਨ ਦੇ ਵਿੱਚ ਜਨੂਨ ਬਹੁਤ ਜ਼ਿਆਦਾ ਹੈ ਜਜ਼ਬਾ ਬਹੁਤ ਜ਼ਿਆਦਾ ਹੈਗਾ ਨੌਜਵਾਨ ਮਿਹਨਤ ਵੀ ਬਹੁਤ ਕਰਦਾ ਪਰ ਕੁਝ ਹਾਲਾਤ ਹੀ ਇਦਾਂ ਨੇ ਤੇ ਪਰਿਵਾਰ ਦਾ ਹੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਨੌਜਵਾਨ ਦੇ ਸਿਰ ਤੇ ਇਸ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਬੇਹਦ ਔਖਾ ਹੈ ਤੇ ਆਪਣੇ ਜਿਹੜੇ ਸ਼ੌਂਕ ਨੇ ਉਹਨਾਂ ਨੂੰ ਵੀ ਵਿਚਾਰਾ ਕਿਤੇ ਨਾ ਕਿਤੇ ਕਿਵੇਂ ਨਾ ਕਿਵੇਂ ਇਹ ਪੂਰ ਕਰ ਰਿਹਾ ਹੈਗਾ ਪਰ ਫਿਰ ਵੀ ਹਾਲਾਤ ਕਰਦੇ ਬਹੁਤ ਮਾੜੇ ਨੇਗੇ ਮੈਂ ਅਪੀਲ ਕਰਾਂਗੀ ਕਿ ਦਰਸ਼ਕਾਂ ਨੂੰ ਕੇ ਬਾਤ ਤੋਂ ਬਾਅਦ ਇਸ ਨੌਜਵਾਨ ਦੀ ਮਦਦ ਕੀਤੀ ਆਵੇ ਤੇ ਅਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਐਨ ਆਰ ਆਈ ਪੰਜਾਬੀ ਟੀਵੀ ਦੇ ਨਾਲ